सुखवंत सिंह जी दुबली किसान संघर्ष कमेटी कोट बुद्धा वड्डा मीत प्रधान सूबा मीत प्रधान इस तो अगे अवतार सिंह जी मिलो सूबा मीत प्रधान भारतीय किसान यूनियन लखोवाल वो भी तैयार रहन आओ जी मंच ते बैठे मेरे किसान आगू और अगे बीबिया मातावां भैणां पंडाल विच बैठे मेरे किसान भराओ फतेह बुलाइए फतेह आपां एडी बुलाउणी आ दिल्ली दा तख्त लिया दईए फतेह दे विच ही अपनी जित होणी आ वाहिगुरु जी का खालसा वाहिगुरु जी की फतेह। आपां नूं तकरीबन 6 महीने तो उत्ते हो गए आ इन्हां कानूनां दे उत्ते लड़ाई लड़दियां नूं आपां पहलां पंजाब दे विच लड़ाई लड़ी फिर आपां पूरे देश नाल गण तुप कीता फिर आपां हरियाणे नाल यूपी नाल सारे देश नाल जिद्दण आपां इधर नूं आउणा सी आपां पूरी तैयारी करके इत्थे आए क्योंकि इन्हां दी इंटैलीजेंसी नूं नहीं पता लगा भी पंजाब दे लोक की कर रहे आ इन्हां दी इंटैलीजेंसियां फेल रहीआं पर अपनियां इंटैलीजेंसियां जिहड़ियां सी उह वधाई दे पात्र रहीआं। अज भी अपनी जिहड़ी इंटैलीजेंसी किसानां दी आ इन्हां दी चाल नहीं चलन दिंदी। इस जगह ते मैं पिंडां दी मीटिंगां करदा रहीआं मैं ना जिन्हें बाबे नानक दे दर्शन करने आ चलो दिल्ली दे द्वारे दे मोर्चियां दे उत्थे बाबा नानक वसदा दे उहदे दर्शन जिन्हें करने आ जिन्हें जिंदगी च जूंदिया सचखंड वेखना वह इस जगह दी आण के वेख सकदा क्योंकि इन्ने घरां च चुल्हे नहीं हुंदे जिन्हें बड़े बड़े लंगर लांदे आ किसे लांगरी नूं नहीं पता कौन खा गया किहड़ा रह गया सारा दिन रात दिन नहरां वगी जांदियां ने इस तुहाडे लंगरां ने इस तुहाडे सुभाग ने इस सरकारां नूं झुका के रख देना जे ਇਹ ਆਪਾਂ ਏਕਾੜੀ ਟੁੱਟਣ ਦੇਣਾ ਆਪਣੇ ਆਗੂਆਂ ਦਾ ਹੁਕਮ ਮੰਨਣਾ ਆਪਣੇ ਆਗੂ ਬਹੁਤ ਵੱਡੀ ਸੂਝਵਾਨ ਨੇ ਬੜੇ ਬੜੇ ਪੁਰਾਣੇ ਆਗੂ ਨੇ ਕਈ ਕਈ ਸਾਲ ਇਹਨਾਂ ਲੜਾਈਆਂ ਲੜੀਆਂ ਨੇ ਆ ਪੰਜਾਬ ਦੇ ਵਿੱਚ ਵੇਖ ਲਓ ਕੱਲ੍ਹ ਕੀ ਛਿੱਤੜ ਖਕਾਂਜਾ ਖੇਡਿਆ ਨਾ ਵੋਟਾਂ ਦੇ ਵਿੱਚ ਇਸ ਤਰ੍ਹਾਂ ਹੀ ਸੈਂਟਰ ਸਰਕਾਰ ਕਰਦੀ ਆ ਇਸ ਤਰ੍ਹਾਂ ਹੀ ਸਟੇਟ ਸਰਕਾਰਾਂ ਕਰਦੀਆਂ ਵੋਟਾਂ ਇਹਨਾਂ ਜਿੱਤੀਆਂ ਨੇ ਪਰ ਸਾਡੇ ਲੋਕਾਂ ਨੂੰ ਗੋਲੀਆਂ ਦੇ ਛਿੱਤਰ ਸਾਡੇ ਲੋਕਾਂ ਨੂੰ ਮਾਰੇ ਸਾਡਿਆਂ ਤੋਂ ਮਰਵਾਏ ਇਹਨਾਂ ਦੀਆਂ ਚਾਲਾਂ ਤੋਂ ਬਚ ਗਏ ਆਪਾਂ ਜਦੋਂ ਆਪਾਂ ਇਹਨਾਂ ਦੀਆਂ ਚਾਲਾਂ ਤੋਂ ਬਚ ਗਏ ਆਪਾਂ ਕਾਮਯਾਬ ਹੋ ਗਏ ਕਿਉਂਕਿ ਇਸ ਦੇਸ਼ ਦੇ ਮਾਲਕ ਅਸੀਂ ਹਾਂ ਇੱਥੋਂ ਦਾ ਲੀਡਰ ਨਹੀਂ ਕੋਈ ਮਾਲਕ ਇਸ ਦੇਸ਼ ਦਾ ਕਿਸਾਨ ਮਜ਼ਦੂਰ ਇੱਥੋਂ ਦਾ ਨਾਗਰਿਕ ਜਿਹੜਾ ਰਹਿੰਦਾ ਵਾ ਉਹ ਮਾਲਕ ਆ ਕਿਉਂ ਜ਼ਮੀਨ ਅਸੀਂ ਵਾਹੁੰਦੇ ਹਾਂ ਜ਼ਮੀਨ ਦੇ ਮਾਲਕ ਅਸੀਂ ਹਾਂ ਇਹ ਲੀਡਰ ਕੋਈ ਪਤਾ ਨਹੀਂ ਕਿਤੋਂ ਲੁੱਟ ਕੇ ਬੈਂਕਾਂ ਦਾ ਪੈਸਾ ਬਾਹਰ ਨਿਕਲ ਜਾਣ ਪਰ ਇਹ ਪੈਸੇ ਦੀ ਭਰਪਾਈ ਵੀ ਸਾਡੇ ਤੋਂ ਕਰਾਉਂਦੇ ਮੁੜ ਕੇ ਇਸ ਦੇਸ਼ ਦੇ ਮਾਲਕ ਅਸੀਂ ਹਾਂ ਇਸ ਦੀ ਮਾਲਕੀ ਹੱਕ ਆਪਾਂ ਲੈਣੇ ਆ ਇਹਨਾਂ ਲੀਡਰਾਂ ਤੋਂ ਇਹ ਗੁੰਡੇ ਲੀਡਰ ਆ ਇਹ ਅਹਿਮਦ ਸ਼ਾਹ ਕਹਿੰਦਾ ਸੀ ਇਹਨਾਂ ਨਾਲ ਇਹ ਮੇਰੇ ਕਾਲ ਦੇ ਬਰਾਬਰ ਦੇ ਨਹੀਂ ਮੇਰੇ ਨਾਲ ਬਹਿਣ ਜੋਗੇ ਨਹੀਂ ਮੈਂ ਉਹਨੂੰ ਦੱਸਣਾ ਚਾਹੁੰਦਾ ਝੋਟੇ ਦੇ ਸਿਰ ਵਾਲੇ ਨੂੰ ਤੇਰੇ ਨਾਲ ਗੱਲ ਨਹੀਂ ਅਸੀਂ ਕਰਦੇ ਸਾਡੀ ਗ੍ਰਹਿ ਮੰਤਰੀ ਦੀ ਕੁਰਸੀ ਆਏ ਅਸੀਂ ਕੁਰਸੀ ਤੋਂ ਜਵਾਬ ਮੰਗਦੇ ਹਾਂ ਅਸੀਂ ਤੇਰੇ ਵਾਲੇ ਚੌਲ ਬੰਦੇ ਨਾਲ ਗੱਲ ਕਰਕੇ ਕੁਛ ਨਹੀਂ ਤੂੰ ਬੰਦੇ ਦੀ ਨਸਲ ਚੋਂ ਨਹੀਂ ਗਾ ਅਸੀਂ ਤੇਰੇ ਨਾਲ ਨਹੀਂ ਗੱਲ ਕਰਦੇ ਉਹ ਸਾਡੇ ਦੇਸ਼ ਦੀ ਕੁਰਸੀ ਆ ਅਸੀਂ ਉਸ ਕੁਰਸੀ ਨਾਲ ਗੱਲ ਕਰਦੇ ਹਾਂ ਅਸੀਂ ਉੱਥੇ ਜਦੋਂ ਗੱਲ ਕਰਨ ਜਾਂਦੇ ਹਾਂ ਕਿਸੇ ਵੀ ਮੰਤਰੀ ਨਾਲ ਉਹਦੇ ਨਾਲ ਨਹੀਂ ਗੱਲ ਕਰਦੇ ਸਾਨੂੰ ਅਧਿਕਾਰ ਆ ਸਾਡੀ ਕੁਰਸੀ ਆ ਉੱਥੇ ਕੋਈ ਵੀ ਬੈਠਾ ਹੋਵੇ ਅਸੀਂ ਉਹਦੇ ਨਾਲ ਗੱਲ ਕਰਨੀ ਆ ਭਾਵੇਂ ਤੋਮਰ ਹੋਵੇ ਭਾਵੇਂ ਮੋਦੀ ਹੋਵੇ ਭਾਵੇਂ ਗ੍ਰਹਿ ਮੰਤਰੀ ਹੋਵੇ ਅਸੀਂ ਉਹਦੇ ਨਾਲ ਗੱਲ ਨਹੀਂ ਕਰਦੇ ਸਾਡਾ ਅਧਿਕਾਰ ਆ ਸਾਡੀ ਕੁਰਸੀ ਆ ਜਿਹੜਾ ਵੀ ਸਾਡਾ ਉੱਥੇ ਮੰਤਰੀ ਬਣ ਕੇ ਜਾਊ ਅਸੀਂ ਉਹਦੇ ਨਾਲ ਆਪਣੀ ਅੱਖਾਂ ਦੀ ਗੱਲ ਕਰਾਂਗੇ ਇਹਨਾਂ ਨਾਲ ਨਹੀਂ ਗੱਲ ਕਰਾਂਗੇ ਉਹ ਕਹਿੰਦਾ ਨਾ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਤੁਹਾਡੇ ਅੱਗੇ ਸਿਰ ਝੁਕਾ ਗਿਆ ਇੱਕ ਦਿਨ ਛੱਡ ਕੇ ਇੱਕਦਮ ਮੀਟਿੰਗ ਕਰਦਾ ਰਿਹਾ ਨਹੀਂ ਹੋਈ ਤਾਂ ਗੱਲ ਕਰੋ 26 ਤੋਂ ਪਹਿਲਾਂ ਇੱਕ ਦਿਨ ਬਾਅਦ ਦੋ ਦਿਨ ਬਾਅਦ ਉੱਥੇ ਉਹ ਬੈਠਾ ਹੁੰਦਾ ਸੀ ਕਿਉਂਕਿ ਤੁਹਾਡੇ 'ਚ ਤਾਕਤ ਇੰਨੀ ਆ ਤੁਸੀਂ ਇਸ ਦੇਸ਼ ਦੇ ਮਾਲਕ ਜੇ ਮੈਂ ਸਮਾਂ ਜ਼ਿਆਦਾ ਨਾ ਲਵਾਂ ਇੱਥੇ ਫਤਿਹ ਬਣਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਅਵਤਾਰ ਸਿੰਘ ਜੀ ਮਿਲੋ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਉਹ ਵੀ ਆਪਣੀ ਸਟੇਜ 'ਤੇ ਆ ਕੇ ਆਪਣੇ ਵਿਚਾਰ ਰੱਖਣ ਉਸ ਤੋਂ ਬਾਅਦ ਨਿਰੰਜਨ ਸਿੰਘ ਉਮਰੀਆਣਾ ਉਹ ਵੀ ਕਮੈਂਟ ਲਈ ਆਉਣਗੇ ਇਸ ਤੋਂ ਬਾਅਦ ਕਰਮਵੀਰ ਸਿੰਘ ਜੀ ਜੀਂਦ ਹਰਿਆਣਾ ਇਹ ਨਾਇਣ ਖਾਪ ਹੈ ਕਬੱਡੀ ਕੋਚ ਹੈ ਕਰਮਵੀਰ ਸਿੰਘ ਜੀ ਜੀਂਦ
पंडाल विच बैठे मेरे भरा बच्चे भैणा बीबियां मंच ते बैठे सारे मेरे किसान जरारू वीरो फतेह बुलाओ वाहगुरु जी का खालसा वाहगुरु जी की फतेह। बोलण तो पहला मैं तुहानू एक मैसेज देना चाहना भी रोज ही अपने संघर्ष दीआं गल्लां हुंदीआं ने और रोज ही इत्थों काले कानूनां दीआं गल्लां हुंदीआं ने। अज जिवें साढ़े बहुत ही सियाने सूझवान लीडर जगजीत सिंह टल्लेवाल ने तुहानू कानूनां बारे WTO बारे सारियां गल्लां ऐन संखेप च दस दित्तियां बई किवें आया किवें कानून बनिया। मैं इहदे विच नहीं जाणा क्योंकि आपां अजे इसे च चले जी वी गल नहीं बणदी। आपां नूं 70-72 साल हो गया याद होया नूं मैं समझदा वी इह अपना 70-72 सालां दा पहला रोज अंदोलन जिहड़ा सारे भारत विच सारे भारत दे लोकां वल्लों दिल्ली दा घेरा पाया होया और किहनूं दस दित्ता मोदी नूं भी इह अंदोलन उन्ना चिर नहीं खत्म होऊगा जिन्ना चिर तू ये जेड़े कानून किसान विरोधी काले कानून दो आर्डिनेंस बनाए ने इन्हां नूं खत्म नहीं करदा। ये सिरा भमां पंजाब तों जांदा पर उहदे नाल हरियाणा दा साडा छोटा भाई आ यूपी अज सारे भारत दा अंदोलन सारी दुनिया दा अंदोलन बन चुकिया। अज UNO च गल्लां हो रही ने उत्थे भी केस पुट हो गया उन्हें भी यह गल मन्नी आ भी यह शांतमाई अंदोलन दुनिया दा एक अंदोलन आ जिते किसे दा पत्ता नहीं टुटिया किसे दा नुकसान नहीं होया। इस करके अपना अंदोलन शांतमाई हमेशा आपां सबर नाल चलना और शांतमाई रहना। इत्थे गल मेरा वीर इक हरियाणे वाला करके गया असीं हरियाणे वाला दे धन्नवादी हाँ जिन्हां ने वैरियर तोड़े नौजवानों के भी धन्नवादी हाँ। नौजवानों के भी धन्नवादी हाँ जिन्हां ने मूहरे लग के और इस अंदोलन नूं बल दिता वो एक मिसाल आ। कोई भी कम करदे आपां उहदे विच नौजवान की शूहत जरूरी आ। जदों भारत आजाद होया उदों भी नौजवानों ने शहीदियां प्राप्त कीती और फांसी ते चढ़े। इस करके इत्थों मेरी वीर कह के गया असीं उहनूं बेनती करदे हां हरियाणे वालियां नूं भी जिहड़े सुझा देना उह लिख के देना चाहीदा। असीं हरियाणे वालियां नूं पहले टाइम दिंदे हां साडा टाइम भावें कट्टिया जावे असीं तां रोज़ बोलदे हां असीं हरियाणा जिन्ने भी बाहरों सूबे वाले आए ने असीं उहनां नूं पहल दिंदे हां और पहल दिंदे रहांगे। जिन्ना चिर यह अंदोलन चलता जित प्राप्त नहीं हुंदी। इत्थे आई सी गल
ਬਈ ਜੋ ਮੇਰੇ ਵੀਰ ਬੱਚੇ ਬਜ਼ੁਰਗ ਜੇਲ੍ਹਾਂ 'ਚ ਬੰਦ ਉਹਨਾਂ ਦੇ ਉੱਤੇ ਵੱਖਰੀਆਂ ਵੱਖਰੀਆਂ ਧਰਾਵਾਂ ਲੱਗੀਆਂ ਹੋਈਆਂ ਨੇ 307 ਵੀ ਲੱਗੀ ਆ ਹੋਰ ਧਰਾਵਾਂ ਵੀ ਲੱਗੀਆਂ ਨੇ ਕੁਛ ਮੇਰੇ ਬੱਚੇ ਲਾਪਤਾ ਵੀ ਨੇ ਸਾਡੇ ਕੋਲ ਸਾਰਾ ਰਿਕਾਰਡ ਆ ਅਸੀਂ ਇੱਕ ਦਾ ਸੈੱਲ ਵਕੀਲਾਂ ਦਾ ਬਣਾਇਆ ਹੋਇਆ ਉਹ ਕੇਸ ਲੜ ਰਿਹਾ ਤੇ ਪੈਰਵਾਈ ਕਰ ਰਿਹਾ ਆ ਪਿੱਛੇ ਜੇ ਪੰਗੂ ਸਾਹਿਬ ਜੇਲ੍ਹ 'ਚ ਮੁਲਾਕਾਤ ਕਰਕੇ ਆਏ ਨੇ ਤੇ ਉਹਨਾਂ ਨੂੰ ਖਰਚਾ ਵੀ ਦੇ ਕੇ ਆਏ ਨੇ ਤੇ ਹੌਸਲਾ ਵੀ ਦੇ ਕੇ ਆਏ ਨੇ ਤਕਰੀਬਨ ਪੱਕਾ ਤਾਂ ਨਹੀਂ ਮੈਂ ਕਹਿ ਸਕਦਾ ਜਿੰਨੀ ਮੈਨੂੰ ਜਾਣਕਾਰੀ ਆ ਵੀ 15 ਬੰਦਿਆਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਜਿਨ੍ਹਾਂ ਦੇ ਧਰਾਵਾਂ ਠੀਕ ਸਨ ਘੱਟ ਧਰਾਵਾਂ ਸੀ 15 ਦੀਆਂ ਹੋਰ ਜ਼ਮਾਨਤਾਂ ਲਾਈਆਂ ਹੋਈਆਂ ਨੇ ਫੈਸਲਾ ਇਹ ਹੋਇਆ ਵੀ ਜਿਹਦੇ 307 ਆ ਉਹਦੇ 'ਤੇ ਆਪਾਂ ਹਲੇ ਕੇਸ ਨਹੀਂ ਲਾਉਣੇ ਉਹ ਦੇਖ ਕੇ ਥੋੜ੍ਹਾ ਜਿਹਾ ਲਾਵਾਂਗੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕੋ ਗੱਲ ਕਰਕੇ ਸਮਾਪਤ ਕਰਾਂਗਾ ਇੱਥੇ ਮੋਰਚਾ ਲੱਗਿਆ ਆਪਾਂ ਜਿੱਤਣਾ ਕਿਵੇਂ ਆ ਯੁੱਧ ਦੀਆਂ ਨੀਤੀਆਂ ਬਦਲੀਆਂ ਜਾਂਦੀਆਂ ਨੇ ਅੱਜ ਯੁੱਧ ਦੀ ਨੀਤੀ ਹੋਰ ਆ ਕੱਲ੍ਹ ਨੂੰ ਹੋਰ ਪਰਸੋਂ ਨੂੰ ਹੋਰ ਸਟੈਪ ਬਾਈ ਸਟੈਪ ਆਪਾਂ ਅੱਗੇ ਵਧਣਾ ਪਰ ਵਧਣਾ ਵੀ ਸ਼ਾਂਤਮਈ ਨਾਲ ਆ ਜਿਵੇਂ ਤੋਂ ਕਿਹਾ ਗਿਆ ਵੀ ਆਪਾਂ ਨੂੰ ਇਕੱਠ ਕਰੋ ਜ਼ਰੂਰ ਕਰਨੇ ਚਾਹੀਦੇ ਆ ਆਉਣੇ ਚਾਹੀਦੇ ਆ ਬੰਦੇ ਜੇ ਇੱਥੋਂ 10 ਜਾਂਦੇ ਆ ਤਾਂ ਉੱਧਰੋਂ 15 ਆਉਣੇ ਚਾਹੀਦੇ ਆ ਮਗਰਲਾ ਕੰਮ ਦਾ ਫਿਕਰ ਨਾ ਕਰੋ ਜੇ ਆਪਣੇ ਜੋ ਗੰਦਾ ਮੈਂ ਜਾਂ ਤੁਸੀਂ ਤੁਹਾਡੇ ਜੋ ਬੰਦਾ ਚਲੇ ਜਾਂਦਾ ਤੇ ਫਿਰ ਵੀ ਕੰਮ ਚੱਲਦੇ ਰਹਿੰਦੇ ਨੇ ਦੁਨੀਆਂ ਚੱਲਦੀ ਰਹਿੰਦੀ ਆ ਮਗਰਲਾ ਬਹੁਤਾ ਫਿਕਰ ਨਹੀਂ ਕਰੀਦਾ ਹੁੰਦਾ ਬੱਚੇ ਆਪੇ ਸਾਂਭਣਗੇ ਬੱਚਿਆਂ ਨੂੰ ਵੀ ਸੱਦਾਂਗੇ ਪਰ ਅੱਜ ਯੂਨਿਟੀ ਇੰਨੀ ਹੋ ਚੁੱਕੀ ਆ ਵੀ ਜਿਵੇਂ ਪਹਿਲਾਂ ਬੀੜੀਆਂ ਕਰਦੇ ਹੁੰਦੇ ਸੀ ਅੱਜ ਵੀ ਪਿੰਡਾਂ 'ਚ ਉਹੀ ਸਥਿਤੀ ਹੋਈ ਹੋਈ ਆ ਜਿਹਦਾ ਬੰਦੇ ਦਾ ਕੰਮ ਰਹਿੰਦਾ ਹੋਵੇ ਸਾਰਾ ਪਿੰਡ ਉਹਦੇ ਨਾਲ ਕੰਮ ਕਰਾਉਂਦਾ ਔਰ ਤੁਹਾਨੂੰ ਮੈਂ ਦੱਸਦਾ ਇੱਥੇ ਕਹਿੰਦੇ ਬਈ ਪ੍ਰੋਗਰਾਮ ਨਹੀਂ ਦੇ ਰਹੇ ਸਾਡੀ ਜਥੇਬੰਦੀ ਦੇ 31 ਆਰਡਰ 31 ਅਹੁਦੇਦਾਰ 31 ਲੀਡਰ ਨੇ ਜਿਹੜੇ ਅਤੇ ਸੰਯੁਕਤ ਮੋਰਚੇ ਦੇ ਲੀਡਰ ਨੇ ਉਹ ਬਹੁਤ ਸੋਚ ਸਮਝ ਕੇ ਫੈਸਲੇ ਲੈਂਦੇ ਨੇ ਇੱਕ ਦਿਨ ਉਹ ਆਊਗਾ ਜਿਵੇਂ ਅੰਗਰੇਜ਼ਾਂ ਵੇਲੇ ਆਪਣੇ ਭਗਤ ਸਿੰਘ ਜੀ ਦੀਆਂ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਅਤੇ ਹਰਿਆਣੇ ਦੇ ਜਦੋਂ ਉਦੋਂ ਮੰਤਰੀ ਬਣੇ ਸਨ ਸਰ ਛੋਟੂ ਰਾਮ ਜੀ ਜਦੋਂ ਇਹਨਾਂ ਨੇ ਰੇਟ ਮੰਗਿਆ ਸੀ ਤਾਂ ਸਰਕਾਰ ਨੇ ਰੇਟ ਨਹੀਂ ਦਿੱਤਾ ਤਾਂ ਉਹਨਾਂ ਨੇ ਸੁਨੇਹਾ ਦਿੱਤਾ ਸੀ ਵੀਰ ਅਸੀਂ ਉਨੀ ਵੱਢਾਂਗੇ ਜਿੰਨੀ ਅਸੀਂ ਖਾਣੀ ਆ ਬਾਕੀ ਨੂੰ ਅੱਗ ਲਾਵਾਂਗੇ ਸਰਕਾਰ ਨੂੰ ਝੁਕਣਾ ਪਿਆ ਜਦੋਂ ਆਪਾਂ ਇਹ ਅੰਦੋਲਨ 'ਚ ਤਕੜੇ ਹੋ ਗਏ ਨਾ ਲੰਬਾ ਹੋ ਸਕਦਾ ਇਹ ਅੰਦੋਲਨ ਪਰ ਇਹਨੂੰ ਨਾਨੀ ਚੇਤੇ ਕਰਾ ਦਿਆਂਗੇ 65 ਵਾਲਾ ਸਮਾਂ ਚੇਤੇ ਕਰਾਵਾਂਗੇ ਇਹਨੂੰ ਆਪਾਂ ਉਹ ਸਮਾਂ ਸੀ ਜਦੋਂ ਆਪਣਾ ਸਾਰਾ ਭਾਰਤ ਔਰ ਗਰੀਬ ਭੁੱਖਾ ਸੌਂਦਾ ਸੀ ਅੱਜ ਵੀ ਚੌਥਾ ਪੰਜਵਾਂ ਸਾਲ ਲੋਕ ਭੁੱਖੇ ਮਰਦੇ ਨੇ ਪਰ ਮੋਦੀ ਨੇ ਜੋ ਕੁਛ ਕੀਤਾ ਉਹ ਸਰਮਾਏਦਾਰਾਂ ਲਈ ਕੀਤਾ ਅਡਾਨੀ ਬਡਾਨੀ ਲਈ ਕੀਤਾ ਇਹਨੂੰ ਇਹਦਾ ਕਰਜ਼ ਚੁਕਾਉਣਾ ਪਊਗਾ ਤੁਹਾਨੂੰ ਤਕੜੇ ਹੋਣਾ ਪਊਗਾ ਔਰ ਆਪਾਂ ਜਿੱਤ ਪ੍ਰਾਪਤ ਕਰਾਂਗੇ ਕਾਲੇ ਕਾਨੂੰਨ ਵੀ ਵਾਪਸ ਕਰਾਵਾਂਗੇ ਹੁਣ ਮੈਂ ਨਾਰਾ ਹੀ ਲਾਊਂਗਾ ਬੋਲੇ ਸੋ ਨਿਹਾਲ ਧੰਨਵਾਦ ਜੀ
ਇਹ ਸਨ ਅਵਤਾਰ ਸਿੰਘ ਜੀ ਮੇਲੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਨ੍ਹਾਂ ਦੇ ਤੁਸੀਂ ਵਿਚਾਰ ਸੁਣੇ ਆ। ਹੁਣ ਨਰਿੰਦਰ ਸਿੰਘ ਜੀ ਉਮਰੀਆਣਾ ਮੋਗਾ ਤੋਂ ਉਹ ਵੀ ਤੁਹਾਡੇ ਸਾਹਮਣੇ 2 ਮਿੰਟ ਲਈ ਆਉਣਗੇ। ਇਸ ਤੋਂ ਬਾਅਦ ਕਰਮਵੀਰ ਜੀਂਦ ਹਰਿਆਣਾ ਬਨਾਇਣ ਖੈਬ ਕਬੱਡੀ ਕੋਚ ਆ ਇਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮੇਰੀਆਂ ਧੀਆਂ ਭੈਣਾਂ ਮੇਰੀਆਂ ਬੱਚੀਆਂ ਜੋ ਮੇਰੇ ਵੀਰ ਬੱਚੇ ਸਾਡੇ ਕਿਸਾਨ ਸਾਰੇ ਮੇਰੇ ਦੂਰੋਂ ਦੂਰੋਂ ਨਗਰਾਂ ਤੋਂ ਆਏ ਨੇ ਸਾਰਿਆਂ ਨੂੰ ਫਤਿਹ ਪੜਾਉਣਾ ਪਹਿਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੋ ਗੱਲਾਂ ਤਾਂ ਆਪਣੀਆਂ ਉੱਦਣ ਦੀਆਂ ਚਲੀ ਜਾਂਦੀਆਂ ਆਪਾਂ 3 ਮਹੀਨੇ ਹੋ ਗਏ ਨੇ ਬੈਠਿਆਂ ਨੂੰ। ਆਪਣੇ ਕਿਸਾਨ ਦੁਨੀਆ ਵਾਲੇ ਜਿਹੜੇ ਪ੍ਰਧਾਨ ਨੇ ਬਹੁਤ ਘੈਂਟ ਨੇ ਆਪਾਂ ਮੋਰਚਾ ਜਿੱਤਾਂਗੇ। ਗੱਲਾਂ ਤਾਂ ਬਹੁਤ ਨੂੰ ਕਹਿਣੀਆਂ ਪਰ ਟਾਈਮ ਥੋੜ੍ਹਾ ਹੀ ਲੈਣਾ ਮੈਂ ਜ਼ਿਆਦੀਆਂ ਨਹੀਂ ਲੈਣਾ ਟਾਈਮ। ਪਰ ਦੂਜੀ ਗੱਲ ਮੋਦੀ ਸਾਹਿਬ ਤੇਰੇ ਮਨ 'ਚ ਵੀ ਜੱਟਾਂ ਦੀ ਕਣਕ ਨੇੜੇ ਆ ਗਈ। ਸਾਡਾ ਪਿੰਡਾਂ 'ਚ ਏਕਾ ਹੋ ਗਿਆ ਏਕਾ। ਮੇਰਾ ਟੈਟ ਇੱਥੇ ਪਿਛਲੀ 26 ਤਰੀਕ ਦਾ ਆਇਆ 27 ਦਾ। ਮੇਰੀ ਕਣਕ ਵੀ ਪਿੰਡ ਵਾਲਿਆਂ ਨੇ ਬੀਜੀ ਸੀ। ਉਦੋਂ ਮੇਰੀ ਕਣਕ ਅੱਧੀ ਬੀਜਣ ਵਾਲੀ ਰਹਿੰਦੀ ਸੀ। ਪਿੰਡ ਵਾਲਾ ਆਖਿਆ ਜਾ ਅਸੀਂ ਕਣਕ ਬੀਜਾਂਗੇ। ਖਾਦ ਦੀ ਲੋੜ ਪਈ ਸੁਸਾਇਟੀ ਮੇਰੇ ਨਾਂ 'ਤੇ ਬੱਚਿਆਂ ਕੀਤਾ ਟੈਲੀਫੋਨ ਚਾਚਾ ਪਾਪਾ ਖਾਦ ਮੇਰੇ ਪਿੰਡ ਵਾਲਿਆਂ ਨੇ ਮੈਨੂੰ ਲੈ ਕੇ ਦਿੱਤੀ। ਹੁਣ ਸਾਡਾ ਪਿੰਡ ਵਿੱਚ ਇਹ ਮੋਰਚਾ ਹੋਇਆ ਪਿੰਡਾਂ ਪਿੰਡਾਂ 'ਚ। ਤੁਹਾਨੂੰ ਮੈਂ ਵਧਾਈ ਦੇਣਾ, ਤੁਸੀਂ ਵਧਾਈ ਦੇ ਪਾਤਰ ਦੇ ਸਾਡੇ ਜਿਹੜੇ ਪ੍ਰਧਾਨ ਜੀ ਸਾਰੀ ਜਨਤਾ ਨੂੰ। ਸਾਡੇ ਪਿੰਡਾਂ 'ਚ ਮੀਟਕਾਂ ਹੋ ਗਈਆਂ ਨੇ, ਅਸੀਂ ਕਣਕ ਵੱਢਾਂਗੇ, ਆਪ ਪਿੰਡ ਵਾਲੇ ਵੱਢਣਗੇ, ਸਾਨੂੰ ਇੱਥੋਂ ਟਰੈਕਟਰ ਜਾਣਾਂ ਦੀ ਲੋੜ ਨਹੀਂ ਪੈਣੀ। ਇਵੇਂ ਜਿਵੇਂ ਤੁਸੀਂ ਦੱਸਿਆ ਹੈ ਇਵੇਂ ਸਾਡੇ ਜਥੇ ਬਣਾ ਕੇ ਪਿੰਡਾਂ 'ਚ ਤੁਰੇ ਆਉਂਦੇ ਆ। ਅਸੀਂ ਤੁਹਾਡਾ ਧੰਨਵਾਦ ਕਰਾਂਗੇ, ਕਿਸਾਨਾਂ ਦਾ, ਬੀਬੀਆਂ ਦਾ, ਸਾਰਿਆਂ ਦਾ ਅਤੇ ਮੇਰੇ ਪ੍ਰਧਾਨਾਂ ਦਾ। ਅਸੀਂ ਤੁਹਾਡੀ ਜ਼ਬਾਨ 'ਤੇ ਫੁੱਲ ਚੜ੍ਹਾ ਦਿਆਂਗੇ, ਜੋ ਤੁਸੀਂ ਆਖੋਗੇ ਉਹੀ ਹੋਊਗਾ। ਅਸੀਂ ਤੁਹਾਡੇ ਮਗਰ ਹਾਂ। ਇਹਨਾਂ ਕੋਲ ਮੈਂ ਟਾਈਮ ਲੈਂਦਾ, ਵਾਅਦਾ ਨਹੀਂ ਮੈਂ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਰਮਵੀਰ ਜੀਂਦ ਤੋਂ ਬਨਾਇਣ ਖੈਬ ਉਹ ਆ ਕੇ ਆਪਣੇ ਵਿਚਾਰ ਸਾਂਝੇ ਕਰਨ। ਇਸ ਤੋਂ ਬਾਅਦ ਅਰਵਿੰਦ ਦੱਬੂ ਭਿੰਡੀ ਮੱਧ ਪ੍ਰਦੇਸ਼ ਤੋਂ ਨੇ, ਉਹ ਵੀ ਆਪਣੇ ਵਿਚਾਰ ਸਾਂਝੇ ਕਰਨ ਲਈ ਸਟੇਜ ਦੇ ਨੇੜੇ ਆਉਣ। ਚਲੋ, ਸਭਸੇ ਪਹਿਲੇ ਮੇਰੇ ਸਾਰੇ ਬਾਬਿਆਂ ਨੂੰ ਪੂਰੇ ਹਰਿਆਣਾ ਪ੍ਰਦੇਸ਼ ਕੀ ਔਰ ਸੇ ਸਭ ਕੋ ਪਿਆਰ ਭਰੀ ਰਾਮ ਰਾਮ। ਔਰ ਆਪਕੀ ਜੋ ਪ੍ਰਾਚੀਨ ਪਰੰਪਰਾ ਹੈ ਆਪ ਸਭ ਕੋ ਸਤਿ ਸ਼੍ਰੀ ਅਕਾਲ। ਸਿਰ ਫਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ। ਪੱਥਰ ਕੋ ਪਿਘਲਾ ਨ ਸਕੀ, ਪੱਥਰ ਕੋ ਪਿਘਲਾ ਨ ਸਕੀ, ਵੋ ਕਰੁਣਾ ਭਰੀ ਕਹਾਣੀ ਕਿਆ, ਔਰ ਡਰਨੇ ਲਗੀ ਜੋ ਮਰਨ ਭੈ ਸੇ, ਵੋ ਚੜ੍ਹਤੀ ਹੋਈ ਜਵਾਨੀ ਕਿਆ, ਵੋ ਚੜ੍ਹਤੀ ਹੋਈ ਜਵਾਨੀ ਕਿਆ। ਤੋ ਮੈਂ ਹਮਾਰਾ ਦਿਨ ਲੰਬਾ ਹੁਆ, ਲੇਕਿਨ ਆਪ ਲੋਗੋਂ ਕੋ ਬਹੁਤ ਜ਼ੋਰ ਸੇ, ਬਹੁਤ ਜਨੂਨ ਸੇ, ਬਹੁਤ ਉੱਚੀ ਆਵਾਜ਼ ਮੇਂ ਪੂਰੇ ਹਾਥ ਖੜੇ ਕਰਕੇ ਬੁਲੰਦ ਹੌਸਲੇ ਸੇ, ਤਾਂ ਕਿ ਉਸ ਗੂੰਗੀ ਬਹਿਰੀ ਅਨਿਆਈ ਸਰਕਾਰ ਕੋ ਆਪਕੇ ਨਾਰੋਂ ਕੀ ਹੰਕਾਰ ਸੇ ਜਲਨ ਪੈਦਾ ਹੋ, ਦਬਨ ਪੈਦਾ ਹੋ, ਚੁਭਨ ਪੈਦਾ ਹੋ। ਤੋ ਆਪ ਇਤਨੇ ਬੁਲੰਦ ਜੋਸ਼ ਸੇ ਏਕ ਵਾਰ ਜ਼ੋਰਦਾਰ ਨਾਰੇ ਲਗਾਏਂਗੇ, ਬੋਲੀਏ ਜੈ ਜਵਾਨ, ਜੈ ਜਵਾਨ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਹਰਿਆਣਾ ਪੰਜਾਬ ਭਾਈਚਾਰਾ, ਹਰਿਆਣਾ ਪੰਜਾਬ ਭਾਈਚਾਰਾ। ਬਹੁਤ ਹੀ ਸਨਮਾਨਿਤ ਮੰਚ, ਮੇਰੇ ਪਿਤਾ ਸਮਾਨ ਬਜ਼ੁਰਗੋ, ਨੌਜਵਾਨ ਸਾਥੀਓ, ਔਰ ਮੇਰੀ ਆਵਾਜ਼ ਸੁਣ ਸਭੀ ਸੁਣ ਰਹੇ ਇਸ ਸਿੰਘੂ ਬਾਰਡਰ ਕੇ ਇਤਿਹਾਸਿਕ ਅੰਦੋਲਨ ਮੇਂ ਪਹੁੰਚੇ ਸਭੀ ਕਿਸਾਨ ਕ੍ਰਾਂਤੀਕਾਰੀ ਯੋਧਾਓ, ਦੋਸਤੋ, ਆਪ ਲੋਗੋਂ ਨੇ ਬਹੁਤ ਦਿਨੋਂ ਸੇ ਬਹੁਤ ਸੀ ਪ੍ਰਕਾਰ ਕੀ ਬਾਤੇਂ ਸੁਣੀ ਵੇ, ਸਰਕਾਰ ਯੇ ਸ਼ਡਯੰਤਰ ਕਰ ਰਹੀ ਹੈ, ਸਰਕਾਰ ਯੇ ਸ਼ਡਯੰਤਰ ਕਰ ਰਹੀ ਹੈ। ਤੋ ਸਰਕਾਰ ਕੋ ਪਹਿਲਾ ਜਵਾਬ ਮੈਂ ਇਸ ਮੰਚ ਸੇ ਏਕ ਹੀ ਦੇਣਾ ਚਾਹੂੰਗਾ। ਨਰਿੰਦਰ ਮੋਦੀ ਨੇ, ਅਮਿਤ ਸ਼ਾਹ ਨੇ, ਭਾਜਪਾ ਨੇ ਏਕ ਸ਼ਡਯੰਤਰ ਰਚਾ ਤਾਂ ਕਿ ਸਿੱਖ ਕੌਮ ਬਦਨਾਮ ਹੋ,
और सिखों का और हिंदुओं का भाईचारा खराब हो, आपस में झगड़ा हो, तो मैं सबसे पहला जो फिरंगी सरकार को, भाजपा और आरएसएस को इस मंच के माध्यम से देना चाहता हूं, जब तक ये नरेंद्र मोदी इस पृथ्वी पे सांस लेगा तो हम इसके इन गंदे कुकर्मों की वजह से आज इस मंच से, इस दुष्ट मोदी के कुकर्मों की वजह से जब तक ये जीवित रहेगा हम अपने आप को हिंदू कहलाना पसंद नहीं करेंगे। मैं यहाँ से एक दृढ़ प्रतिज्ञा लेता हूँ और मैं हमेशा अपने आप को उस सिख और खालसा कौम का एक प्रतिनिधि, उत्तरदायित्व और एक जिम्मेवार, एक खालसा और सिख कहलाना पसंद करूंगा। जब तक ये दुष्ट मोदी इस धरती पर रहेगा मैं अपने आप को हिंदू कहलाना पसंद नहीं करूंगा। तो दूसरी बात, मेरी 2 एकड़ जमीन है, उस 2 एकड़ जमीन में कोई भी खालसा पंथ, सिख समाज, कोई भी सामाजिक गतिविधि चलाना चाहता है, किसी भी धार्मिक कार्य के लिए, किसी भी सामाजिक कार्य के लिए, खालसा और सिख कौम की वृद्धि के लिए अगर उस पर काम करना चाहता है तो मैं अपनी 2 एकड़ जमीन इस खालसा और सिख कौम को आज इस मंच पे दान स्वरूप देता हूं। और मैं एक शिक्षित व्यक्ति हूं, ऐसे नहीं मैंने पॉलिटिकल से एमए की, राजनीति की सभी गतिविधियों को मैं जानने वाला विद्यार्थी हूं, इनकी सब गंदी गतिविधियों को मैं बहुत अच्छे से जानता हूं। ये दुष्ट जो तोमर कार्य था, वह मैं किसानों से 11 मुलाकात की और 11 मुलाकातों में ये नहीं बता पाए वह किसान इन कानूनों में काला क्या है। तो मैं सारे देशवासियों को उस दुष्ट खेती बाड़ी मंत्री को बताना चाहता हूं कि आपके पास काला क्या क्या है। तुम्हारे इस फिरंगी ने, इस तानाशाही बदमाश ने, इस भगोड़े ने, जिसने पत्नी और परिवार को छोड़ करके जो 35 साल हमारे जो बीखों के ऊपर, जो टुकड़ों के ऊपर पड़ा, ये जो परजीवी, जो गंदा प्रधानमंत्री है, तो इसने 2002 के अंदर 4000 लोगों का खून पिया। ये एक बहुत बड़ा काला है जो तुम्हारे इतिहास के कलंक में है और उसको पढ़ लेना। दूसरा, तुम्हारा जो इस देश का गृह मंत्री, जो अपराधी किस्म का, जो तड़ी पार का है, उसने जज लोया की हत्या करवाई थी। अगर वो जांच आज भी हो जाए तो वो 302 के अंदर तेरा तड़ी पार जेल के अंदर होगा। दूसरा, ये तेरी विचारधारा के अंदर ये काला है। हमारे जो कोरोना के नाम पे 4 करोड़ मजदूरों को आपने तबाह किया और बर्बाद किया और 4 महीने तक उनको दर दर की ठोकरें खाने के लिए मजबूर किया और उनमें से 1200 लोगों की हत्याएं हुई, जान गई, तो ये भी तेरे उसमें दुष्ट, तुम्हारी इस विचार में भी काला है, तुम्हारे समाज में भी काला है और तुम्हारी पार्टी में भी काला है। पुलवामा के अंदर हत्या हुई जिसको आप शहीद शहीद चिल्ला रहे हैं, जो देश का जो हमारा अजीत डोभाल उसको उल्टा करके टांगिए और इस अमित शाह को उल्टा करके टांगिए, 10 मिनट में उगल देगा। यदि हमारे पास लेकर हम बताएंगे पुलवामा वो षड्यंत्र था, हत्या थी, जिसमें अमित शाह और नरेंद्र मोदी शामिल थे, हमारे जो सैनिकों की हत्या आप लोगों के द्वारा हुई, ये तुम्हारे उसके अंदर काला है, संविधान में काला है, तुम्हारे विचार में भी काला है। आज जो 120 करोड़ जो किसान खेती और खेतीबाड़ी से संबंधित ये जो पूरी भारतवर्ष की जो प्रजा है, इसको बर्बाद करने के लिए, इसको कंगाल करने के लिए, इसको गरीब करने के लिए, इसको लाचार करने के लिए ये जो काले कानून बनाए हैं, ये तुम्हारी नीति भी काली है, तुम्हारी नियत भी काली है, तुम्हारी सोच भी काली है, और तुम जहाँ से, जिस अराजक पार्टी और जिस अराजक संगठन से पैदा हुए, आज उसको यूएनओ के अंदर चर्चाएं हैं। तुम्हारा आरएसएस वो ज्यादा दिन दूर नहीं इस देश की आतंकवादी संगठन घोषित हो जाएगा, पर पूरी दुनिया को पता चल जाएगा तुम कितने काले हो, तुम कितने
जलील और नीच प्रवृत्ति के आदमी हो, तो मैं अपनी भावनाओं को या मर्यादाओं से ज़्यादा नहीं कह सकता, लेकिन मैं कुछ बातों के माध्यम से, एक छोटी ही कविता के माध्यम से आप लोगों से पूछना चाहता हूँ। जो आपने विश्वास दिया था काला धन आएगा, 15-15 लाख मिलेंगे, हर वर्ष 2 करोड़ रोजगार मिलेगा, यहाँ जो महंगाई कम हो जाएगी, आपको विश्व गुरु बना देंगे, तो वो बातें कहाँ गई? ऐसा जो बात कह रहे थे, वह अच्छे दिन आएंगे, तो उसके माध्यम से मैं सिर्फ एक छोटी कविता के माध्यम से पूछता है भारत दुष्टों, वो अच्छे दिन कब आएंगे, जब मेरी माता, मेरी बहना और इस देश के 60 लाख किसान अगर यूं इस ठिठुरती सर्दी में सड़कों पे धक्के खाएंगे, तो बता दोस्तों वो अच्छे दिन कब आएंगे। अगर हमारे बच्चे हर रोज चाइना बॉर्डर और पाकिस्तान पे न्यू तिरंगों पे लिपट कर आएंगे और वो न्यू ही हर रोज जान गवाएंगे, पूछते हैं जल्लादों, पूछते हैं राक्षसों, वो अच्छे दिन कब आएंगे। तो दोस्तों मैं अंत में यही कहूँगा, न वो अच्छे दिन, ना अपने किसी को झुकने की जरूरत है, न रुकने की जरूरत है, न दबने की जरूरत है। जितना तुम डराओगे तो मैं ये फिरंगी सरकार को बताता हूं, तुम उतने ही जूते खाओगे। तुम जितना हमें धमकाओगे तुम उसी तरह नरक और गर्त में जाओगे। तो मैं अंत में फिर यही जो बातें, तो हमें न किसी पुलिस का डर है, न किसी प्रशासन का डर है, न किसी मौत का डर है, न किसी पुलिस का डर है। मैं यहाँ से आह्वान करता हूँ, जो आईटीओ के ऊपर जो गोली चली थी उसका मैं प्रत्यक्ष दर्शी गवाह हूँ। मेरे सामने गोली चली, एक लड़के के गर्दन में गोली लगी थी। अगर कभी भी मेरी गवाही की जरूरत पड़े तो मैं उस हालात का प्रत्यक्ष दर्शी गवाह हूँ। अगर देश के अंदर कोई भी सेना का अधिकारी हो, कोई भी पुलिस का अधिकारी हो, मैं वो गवाह हूँ जिनकी आरएसएस की आतंकवादी जो गतिविधियां करवाते हैं, बम ब्लास्ट करवाते हैं, कैसे ये बम बनाना सिखाते हैं, उनका मैं अकेलो मौजूदा गवाह हूँ। मैं बताऊंगा कौन कौन लोग इन लोगों को बम विस्फोट करवाते और हिंदू मुस्लिम के दंगे करवाते हैं, और इस देश में जाति और धर्म के दंगे कैसे बीजेपी और आरएसएस इस देश के अंदर दंगे भड़काती है और इस देश का माहौल खराब करती है। यदि किसी पुलिस अधिकारी, अगर कोई सेना के अधिकारी को ऐसे व्यक्ति की जरूरत पड़े, करमबीर नैन हरियाणा प्रदेश से मैं मौजूद रहूंगा और मैं बताऊंगा ये किस प्रकार से देश के अंदर दंगे फैलाते हैं। तो किसान न डरा था न झुका था, पहले भी हरियाणा प्रदेश आपकी आन बान और शान के लिए जान दे सकता है, हर कुर्बानी दे सकता है। हमारे पंजाब के भाइयों से जिस तरह नौ से मांस दूर नहीं होता, हम हमारे बुजुर्गों की आन बान शान और पगड़ी पे आंच नहीं आने देंगे, सिर कटा लेंगे, लेकिन आप लोगों को झुकने नहीं देंगे। यह पूरे हरियाणा प्रदेश की ओर से आह्वान है और पूरा आश्वासन और विश्वास में खुद पहुंच कोच हूं। मेरे सैकड़ों शिष्य आज सेना में भी है, और मैं आप लोगों को यहां से प्रण और प्रतिज्ञा लेता हूं, मैं आगे पूरे जीवन में ना कोई सर्विस करूंगा, ना कोई काम धंधा करूंगा। जहां भी इस देश के अंदर कहीं भी अन्याय हो, चाहे वो किसान पे अन्याय हो, चाहे वो मजदूर पे अन्याय हो, चाहे वो सिख पे अन्याय हो, चाहे वो मेरे मुस्लिम भाई पे अन्याय हो, मैं पूरा बचा हुआ जीवन अन्याय के खिलाफ लड़ूंगा और इन फिरंगियों के खिलाफ एक बुलंद आवाज करता रहूंगा। ये मैं आज से यहां से एक प्रण और प्रतिज्ञा लेता हूं। मैं फिर आपसे भी नम्र निवेदन करूंगा, आप पूरी बुलंद आवाज से जोरदार दो नारे लगाएंगे, फिर मैं अपनी वाणी को विराम दूंगा। बोलिए सोनिहाल, किसान मजदूर एकता, किसान मजदूर एकता, हरियाणा पंजाब भाईचारा,
भारत का सभी किसान भाईचारा, मोदी सरकार, अन्यायी सरकार, जुल्मी सरकार, किसान विरोधी सरकार, देश विरोधी सरकार, जय जवान, जय किसान, जय संविधान, जय हिंदुस्तान, जय किसान।